हेलो गाइस, सत श्री अकाल, वेलकम टू माई यूट्यूब चैनल। ते अज जिहड़ा असीं ब्लॉग बना रहे हां ओह आ जदों कदे सौरियां दे पिंड आईदा दीसी वांगू पूरा हुक्म चलाईदा बाब रोले वांगू फिरे दिल नचदा। हां जी, ते अज असीं आए होए हां जी सौरियां दे पिंड। ते एक्चुअली सिमी ते बुग्गी जिहड़ी आ ਉਹ ਪਹਿਲਾਂ ਦੀ ਆਈਆਂ ਹੋਈਆਂ ਸੀ ਇੱਥੇ, ਅਤੇ ਮੈਂ ਲੈਣ ਆਇਆ ਹਾਂ। ਆਉਂਦੇ ਹੋਏ ਤਾਂ ਬਲੌਗ ਇਸ ਕਰਕੇ ਨਹੀਂ ਬਣਾਇਆ ਕਿਉਂਕਿ ਰਸ਼ ਬਹੁਤ ਜ਼ਿਆਦਾ ਹੁੰਦਾ, ਗੱਡੀ ਚਲਾਉਂਦੇ ਹੋਏ ਮੈਂ ਬਣਾ ਨਹੀਂ ਸਕਦਾ ਇਕੱਲਾ, ਅਤੇ ਅੱਜ ਜਾਂਦੇ ਹੋਏ ਤਾਂ ਬਣਾਵਾਂਗੇ। ਜਿਹੜੀ ਕੈਮਰਾ ਨੂੰ ਹੋਲਡ ਕਰ ਸਕੇ ਉਹ ਸਿੰਮੀ ਕਰ ਲਏਗੀ ਹੋਲਡ। ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਜਲੰਧਰ ਵਾਪਸੀ। ਬੁੱਗੀ ਹੋ ਰਹੀ ਹੈ ਤਿਆਰ, ਮੈਂ ਸਵੇਰੇ ਸਵੇਰੇ ਉੱਠ ਗਿਆ ਸੀ ਅਤੇ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਬਹੁਤ ਚਿਰ, ਪਰ ਇਹ ਉੱਠਦੇ ਨਹੀਂ ਪਏ ਸੀ। ਬੜੀ ਮੁਸ਼ਕਿਲ ਨਾਲ ਇਹਨਾਂ ਨੂੰ ਉਠਾਇਆ ਆ, ਹੁਣ ਇਹਨਾਂ ਨੂੰ ਰੈਡੀ ਰੂਡੀ ਕੀਤਾ ਆ। ਅਤੇ ਹਾਂਜੀ, ਬੁੱਗੀ ਹੋ ਗਈ ਆ ਤਿਆਰ, ਅਤੇ ਬੁੱਗੀ ਦੇ ਕੱਪੜੇ ਦੇਖ ਲਓ। ਆਇਆ ਜੀ ਮੇਰੀ ਸਾਸੂ ਮਾਂ, ਸਾਸੂ ਮਾਂ ਖੁਸ਼ ਹੋ ਗਈ ਆ। ਸਵੇਰੇ ਸਵੇਰੇ ਠਾਤਾ ਨਾ ਮੈਂ 4 ਵਜੇ। ਹਾਂ ਬੁੱਗੀ ਸਵੇਰੇ ਸਵੇਰੇ, ਬੁੱਗੀ ਦਾ ਕੀ ਬਣਾਇਆ ਹੋਇਆ ਦਿਖਾਇਓ ਮੰਮਾ, ਇਹਨੂੰ ਖੜੇ ਕਰੋ ਕਰੋ ਯਾਰ। ਧੋਤੀ ਤੇ ਕੁੜਤਾ, ਜੁਰਾਬਾ ਪਤਾ ਨਹੀਂ ਕਿਹੜੀਆਂ ਪਵਾਤੀ ਆ ਇਹਨੂੰ, ਕੋਈ ਸ਼ੂਜ਼ ਪਵਾਏ ਆ, ਕੋਈ ਮੈਚਿੰਗ ਨਹੀਂ ਕਰਦੇ, ਪਰ ਚੱਲ ਕੋਈ ਗੱਲ ਨਹੀਂ, ਠੰਡ ਬੜੀ ਆ ਸਵੇਰੇ ਸਵੇਰੇ। ਇਹਨੇ ਤਿਆਰ ਕੀਤੀ ਆ, ਤੁਹਾਨੂੰ ਸਮੇਂ ਚ ਪਤਾ ਨਹੀਂ ਲੱਗਣੀ ਕਿ ਨਹੀਂ ਲੱਗਣੀ, ਹਰਿਆਣਵੀਆਂ ਨੂੰ ਸਮੇਂ ਲੱਗਣੀ ਆ, ਹਰਿਆਣਵੀ ਬੋਲਦੀ। ਮਾਤਾ ਮਾਤਾ ਪੰਜਾਬੀ ਨਹੀਂ ਬੋਲੂਗੀ, ਮੇਰੀ ਨਾ ਬਣਾਈ ਬੇਟਾ। ਕਿਸਕੀ ਬਣਾ ਦਿੱਤੇ ਸੁਬਹ ਸੁਬਹ, ਸ਼ਕਲ ਦਿਖਾ ਦੀ ਸੁਬਹ ਸੁਬਹ, ਅਭੀ ਦਿਨ ਅੱਛਾ ਤੋ ਜਾਏਗਾ ਨੀ। ਪਾਪਾ ਜਲਦੀ ਚੱਲੋ, ਹੁਣ ਨਾਨੀ ਕੋ ਬੈਠੇ ਰਹਿਣਾ ਤੁਸੀਂ, ਉਹਦਾ ਦੇਖ ਸਿੱਬੂ ਚਸ਼ਮਾ ਲਿਥ ਗਿਆ ਉੱਪਰਲਾ। ਹੈਲੋ ਕਰ ਦੋ, ਹੈਲੋ ਸਤਿ ਸ਼੍ਰੀ ਅਕਾਲ ਬੁਲਾ ਦੋ, ਸਤਿ ਸ਼੍ਰੀ ਅਕਾਲ। ਓਏ ਆ ਕਿੱਥੋਂ ਆਇਆ, ਪਹਿਲੀ ਵਾਰੀ ਇਹਦੇ ਕੋਲ ਪੈਸੇ ਨਿਕਲੇ ਜ਼ਿੰਦਗੀ ਚ, ਇਹਨੇ ਹੁਣ ਤਾਂ ਦੇ ਦੇਣੇ, ਬਾਅਦ ਚ ਇਹਨੇ ਰੋਣਾ, ਬਾਅਦ ਚ ਲੈ ਨਹੀਂ ਰਹੀ ਰਹੀ ਲੈ ਰਹੀ ਹੈ ਉਹ ਕਹਿੰਦੀ ਹੋਰ ਦੇ, ਕਹਿੰਦਾ ਲੈ ਨਹੀਂ ਰਹੀ। ਮਾਮਾ ਜੀ 2000 ਕਾ ਨੋਟ ਦੋ, 500 ਕਾ ਕਿਆ ਕਰਨਾ, ਕਹਿੰਦੇ ਚੱਲ ਕਹਿੰਦੇ ਚੱਲ 500 ਨਹੀਂ ਲੈਣਾ। ਇੱਕ ਹੋਰ ਮਾਮੂ ਹਲੇ ਸੁੱਤਾ ਪਿਆ, ਉਹਨੂੰ ਵੀ ਠੱਗ ਕੇ ਆਉਣਾ ਆਪਾਂ, ਮਾਸੀ ਨੂੰ ਵੀ ਠੱਗਣਾ ਹਲੇ, ਮਾਸੀ ਬਸ ਚੀਜ਼ਾਂ ਲੈਣ ਨੂੰ ਹੀ ਆ ਬਸ। ਨਹੀਂ ਤੈਨੂੰ ਹੁਣ ਤਿਆਰ, ਉਹਨੂੰ ਕਿੰਨਾ ਟਾਈਮ ਲੱਗਣਾ, 5 ਮਿੰਟ ਮੇਰੇ ਰੱਬਾ, 5 ਮਿੰਟ ਨਹੀਂ ਹੁੰਦੇ ਜ਼ਿੰਦਗੀ ਚ ਕਦੇ। ਟਾਈਮ ਕਿੰਨਾ ਹੋ ਗਿਆ ਆ, 5 ਵੱਜ ਗਏ ਆ, ਮੈਂ 3:30 ਦਾ ਉਠਾਇਆ ਪਿਆ ਇਹਨੂੰ, 4 ਵਜੇ ਨਹੀਂ 3:30 ਵਜੇ ਦਾ ਉਠਾਇਆ ਤੈਨੂੰ ਮੈਂ। ਚਲੋ ਹਾਂਜੀ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੌਸਮ ਸਾਫ਼ ਹੈ, ਧੁੰਦ ਵਗੈਰਾ ਨਹੀਂ ਪਈ ਹੋਈ, ਅਤੇ ਅਸੀਂ ਜਾ ਸਕਦੇ ਹਾਂ। ਆਹ ਜਿਹੜੇ ਮੈਂ ਤੁਹਾਨੂੰ ਦੱਸ ਦੇਵਾਂ, ਇਹ ਜਿਹੜੇ ਕੁਆਟਰ ਹੈ ਗਵਰਨਮੈਂਟ ਅਲੋਟ ਕੀਤੇ ਹੋਏ ਆ, ਜਿਹੜੇ ਪਾਪਾ ਦੀ ਆ ਗਵਰਨਮੈਂਟ ਜੋਬ ਹੈ, ਅਤੇ ਇਸ ਕਰਕੇ ਨਾ ਕੁਆਟਰ ਮਿਲੇ ਹੋਏ ਆ। ਅਤੇ ਕੁਆਟਰ ਜਿੱਦਾਂ ਆਪਣੇ ਪੰਜਾਬ 'ਚ ਕੁਆਟਰ ਹੁੰਦੇ ਆ, ਸੇਮ ਉੱਦਾਂ ਹੀ ਆ। ਕੋਈ ਕੋਈ ਜਗ੍ਹਾ ਬਹੁਤ ਸਹੀ ਬਣਾਈ ਹੋਈ ਆ, ਕੋਈ ਕੋਈ ਜਗ੍ਹਾ ਬਾਕੀ ਰੂਮ ਹੈ, ਇੱਕ ਇਹ ਰੂਮ ਹੈ, ਇੱਕ ਇੱਧਰ ਰੂਮ ਹੈ, ਅਤੇ ਇੱਕ ਇੱਧਰ ਇੱਕ ਕਿਚਨ ਦਿੱਤੀ ਹੋਈ ਆ। ਮਤਲਬ ਜਿੱਦਾਂ ਪੰਜਾਬ ਦੇ ਵਿੱਚ ਆਪਣੇ ਕੁਆਟਰ ਆ, ਉਹਨਾਂ ਨਾਲ ਥੋੜ੍ਹੇ ਵੱਡੇ ਕੁਆਟਰ ਹੈ, ਅਤੇ ਉਹ ਹਾਲੇ ਤੱਕ ਤਿਆਰ ਹੋਈ ਜਾਂਦੀ, ਪਤਾ ਨਹੀਂ ਇਹਨੇ ਕਿੰਨਾ ਟਾਈਮ ਲੈਣਾ, ਕਿੰਨਾ ਚਿਰ ਹੋ ਗਿਆ ਤੈਨੂੰ ਤਿਆਰ ਹੁੰਦੀ ਨੂੰ ਬੱਸ ਕਰ। ਆਹ ਦੇਖੋ ਬਾਹਰ ਕੀ ਹੋ ਰਿਹਾ, ਨਹੀਂ ਮੈਨੂੰ ਇੱਕ ਗੱਲ ਦੱਸ, 2 ਬੈਗ ਲੈ ਕੇ ਆਈ ਸੀ ਤੂੰ, ਆਹ ਕਿੰਨੇ ਬੈਗ ਹੋ ਗਏ ਆ, ਹੁਣ ਤੈਨੂੰ ਲੈ ਕੇ ਜਾਵਾਂ ਕਿ ਬੈਗ ਲੈ ਕੇ ਜਾਵਾਂ, ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ।
ਹਾਂਜੀ, ਇਹ ਕਲੋਨੀ ਦਾ ਗੇਟ ਲੱਗਾ ਹੋਇਆ ਆ ਤੇ ਹੁਣ ਅਸੀਂ ਬਾਹਰ ਨਿਕਲਣ ਲੱਗੇ ਆ ਹੋਰ ਮਾਰਨਾ ਪੈਣਾ। ਗੇਟ ਬੰਦ ਹੈ? ਹਾਂ ਗੇਟ ਬੰਦ ਹੈ, ਖੁੱਲ੍ਹਾ ਆ। ਆ ਵੀ ਖੋਲੀਏ? ਨਹੀਂ ਹੋਣੇ ਤੇ ਗਾਰਡ ਹੋਣਾ। ਕਿਹੜਾ ਨੰਬਰ ਹੈ ਗੇਟ? ਦੂਜੇ 'ਚ ਆ ਗਏ ਆਪਾਂ ਤੇ ਤੀਜੇ ਫਸਟ 'ਚ ਨਹੀਂ ਆ ਗਏ। ਨਹੀਂ ਆਦੇ ਆ ਲਗੇ ਆ। ਹਾਂਜੀ, ਕਿੱਥੇ ਪਹੁੰਚ ਗਏ? ਆਪਾਂ ਪਹੁੰਚਣ ਲੱਗੇ ਆ ਪੇਵਾ ਚੌਕ। ਪੇਵਾ ਚੌਕ, ਇਹਨੂੰ ਹੋਰ ਕੀ ਕਹਿੰਦੇ? ਮਟਕਾ ਚੌਕ ਵੀ ਕਹਿੰਦੇ ਇਹਨੂੰ? ਪੇਵਾ ਚੌਕ ਵੀ ਕਹਿੰਦੇ ਆ। ਤੇ ਆ ਮਟਕਾ ਕੀ ਬਣਿਆ ਹੋਇਆ ਆ? ਆ ਦੇਖ ਮਟਕਾ ਲੱਗਾ ਨਹੀਂ ਹੋਇਆ, ਇਹ ਰੰਗ ਪੇ ਫਟਕੇ ਦੇ ਅੰਦਰ ਆ ਦਿਖਾ ਕੀ ਆ। ਆ ਮੰਦਰ ਅਗਰ ਸ਼ੇਰ ਨਹੀਂ, ਹਾਂ ਅਗਰ ਸ਼ੇਰ ਨਹੀਂ ਦੀ ਉਹ ਦਾ ਹੀ ਉਹ ਬੜਾਈ ਹੋਈ ਆ। ਕੀ ਕਿਆ ਤੂੰ ਮੇਰੇ ਕੋ ਵੀ ਨਹੀਂ ਪਤਾ, ਪਰ ਬੜਾਈ ਆ ਜੋ ਵੀ ਬਹੁਤ ਅੱਛੀ ਆ। ਇਹ ਦੇਖ ਮਟਕੇ ਪਏ ਤਾਂ ਹੋਏ ਆ। ਮਟਕਾ ਚੌਂਕ ਹੀ ਆ ਇਹ। ਚਲੋ ਜਿਹੜਾ ਵੀ ਚੌਂਕ ਹੈ ਤੇ ਇੱਥੇ ਰਾਤ ਗੋਲ ਗੱਪੇ ਖਾਣ ਆਏ ਸੀ ਜੋ ਮਿਲੇ ਨਹੀਂ। ਉਹ ਉਹਨੇ ਹਲੇ ਖਾਲੀ ਕਰਕੇ ਰੱਖੇ ਸੀ ਕਹਿੰਦਾ, ਬਸ ਕਹਿੰਦਾ ਹੁਣ ਤੁਸੀਂ ਲੇਟ ਹੋ ਗਏ ਕਹਿੰਦਾ ਤਾਂ ਹੁਣ ਨਹੀਂ ਮਿਲਣੇ। ਚਲੋ ਵੇ ਨਿਕਲੇ ਆਏ ਜੀ, ਕੈਥਲ ਤੋਂ ਬਾਹਰ ਨਿਕਲੇ ਆਏ ਹੋਏ ਆ। ਚੀਕਾ ਰੋਡ ਤੇ ਬੈ ਗਏ ਹੋਏ ਆ। ਚੀਕਾ ਚੀਕਾ ਰੋਡ ਤੇ ਤੇ ਇਹ ਵੀਡੀਓ ਬਣਾਉਣ ਦਾ ਇਸ ਟਾਈਮ ਮੋਟਿਵ ਇਹ ਆ ਕਿ ਮੈਂ ਦੱਸਣਾ ਚਾਹੁੰਦਾ ਕਿ ਰੋਡ ਓਏ ਹੋਏ ਹੋਏ ਰੋਡ ਤਾਂ ਸਾਡੇ ਸਹੀ ਕਿੱਥੋਂ ਆ ਸਹੀ ਚਾਲ ਤੂੰ ਰੋਡ ਤਾਂ ਸਾਡੇ ਵੀ ਖਰਾਬ ਆ, ਪਰ ਇੱਥੇ ਤਾਂ ਬੇੜਾ ਕਰ ਕੀ ਹੋਇਆ। ਜਲੰਧਰ ਦੇ ਤਾਂ ਬੰਦ ਹੀ ਪਈ ਆ ਇਸ ਟਾਈਮ ਰੋਡ ਬੰਦ ਵੀ ਪੈਪਾਂ ਪੈਂਦੀਆਂ ਪਈਆਂ ਤਾਰ ਕੇ ਦੋ ਉਹ ਹੌਲੀ ਹੌਲੀ ਪ੍ਰੋਗਰੈਸ ਦੇ ਵਿੱਚ ਨਾ ਹੌਲੀ 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 ਜਿਹੜੀ ਚੀਜ਼ ਹੌਲੀ ਹੌਲੀ ਬਣੇ ਨਾ ਬਹੁਤ ਵਧੀਆ ਹੁੰਦੀ ਚੀਜ਼। ਪੁਰਾਣੀ ਸ਼ਰਾਬ ਜਿੱਦਾਂ ਹੁੰਦੀ ਆ ਜਿੰਨੀ ਪੁਰਾਣੀ ਹੋਏ ਉਨੀ ਵਧੀਆ ਹੁੰਦੀ ਰਹਿੰਦੀ ਨਾ, ਓਦਾਂ ਹੀ ਹੌਲੀ ਹੌਲੀ ਬਹਾਨੇ ਬਹੁਨੇ ਨੀ ਆ। ਹੁਣ ਤੂੰ ਆਪ ਸੜਕ ਲਾ ਲਾ ਦੇਖ ਕਿੰਨਾ ਹੌਲੀ ਤੁਰਦੇ ਪਏ ਆ। ਹਾਂਜੀ, ਅਸੀਂ ਉਹਨੂੰ ਪਹੁੰਚ ਗਏ ਹਾਂ ਜੀ ਚੀਕੇ। ਸਿਮੂ ਚੀਕੇ ਪਹੁੰਚ ਗਏ ਅਤੇ ਚੀਕੇ ਦੇ ਵਿੱਚ ਇੱਦਾਂ ਆ ਕਿ ਚੀਕੇ ਤੋਂ 48 ਕਿਲੋਮੀਟਰ ਹੈ ਨੇ, ਸੋਰੀ ਨਹੀਂ 38 ਕਿਲੋਮੀਟਰ ਹੈ, 38 ਕਿਲੋਮੀਟਰ ਪਟਿਆਲਾ ਆ। ਪਟਿਆਲੇ ਜਾ ਕੇ ਆਪਾਂ ਗੁਰਦੁਆਰੇ ਸਾਹਿਬ ਰੁਕਾਂਗੇ। ਵੈਸੇ ਇੱਕ ਗੱਲ ਮੈਨੂੰ ਸਿਮੂ ਕਰਨੀ ਸੀ ਕਿ ਇਹ ਪਿੰਡਾਂ ਦੇ ਨਾਮ ਕੀ ਸੋਚ ਕੇ ਰੱਖੇ ਹੋਊਗੇ ਨਾ, ਜਿੱਦਾਂ ਚੀਕਾ ਹੋ ਗਿਆ ਸਿਟੀ ਚੱਲ ਲਾ, ਚੀਕਾ ਕਾਲਾ ਬੱਕਰਾ ਫੱਤਣ ਚੱਕ ਕੁੰਜਰ ਪਿੰਡ, ਮਤਲਬ ਪਿੰਡਾਂ ਦੇ ਨਾਮ ਤੈਨੂੰ ਦੱਸਦਾ ਪਿਆ। ਇੱਦਾਂ ਇੱਧਰ ਕੀ ਸੋਚ ਕੇ ਪਿੰਡਾਂ ਦੇ ਨਾਮ ਇੱਦਾਂ ਰੱਖੇ ਹੋਊਗੇ? ਕੋਈ ਹੋਊਗੀ ਨਾ ਇਹਨਾਂ ਦੀ ਵੀ ਗੱਲਬਾਤ ਕਿ ਮਤਲਬ ਕਿਉਂ ਰੱਖੇ ਹੋਏ ਇਹ ਨਾਮ, ਕਿਉਂ ਰੱਖੇ ਆ? ਚੀਕਾ ਵੀ ਕਿਸੇ ਕਰਕੇ ਨਾਮ ਪਿਆ ਹੋਊਗਾ, ਵੈਸੇ ਪਿੰਡ ਵਾਲਿਆਂ ਨੂੰ ਬਣੀ। ਮੈਂ ਹੁਣ ਮੈਂ ਕਈ ਵਾਰੀ ਪਿੰਡਾਂ ਵਾਲਿਆਂ ਨੂੰ ਪੁੱਛਿਆ ਜਿੱਦਾਂ ਇੱਦਾਂ ਦੇ ਨਾਮ ਹੁੰਦੇ ਨਾ ਕਿ ਇਹ ਨਾਮ ਤੁਹਾਡੇ ਪਿੰਡ ਦਾ ਕਿਉਂ ਪਿਆ, ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ। ਉਹ ਵੀ ਕਹਿੰਦੇ ਪਹਿਲਾਂ ਦਾ ਰੱਖਿਆ ਹੋਇਆ, ਬਜ਼ੁਰਗਾਂ ਨੂੰ ਬਤਾਉਣਾ, ਬਜ਼ੁਰਗ ਵੀ ਕਹਿੰਦੇ ਪਹਿਲਾਂ ਦਾ ਪਿਆ ਹੋਇਆ ਆ। ਮਤਲਬ
नॉलेज नहीं इस बारे किसी नूं, मतलब पिंड काफी देर दे बसे हुए है ना, इस करके लोगों नूं पता नहीं है। जे तुहानूं भी इदां दा कोई पिंड पता है जिहदा नाम है थोड़ा जिहा तुहानूं लगता है कि डिफरेंट जिहा है तां कमेंट सैक्शन दे विच कमेंट करो, पिंड दा नाम लिखो, ते जे ओह पिंड बारे तुहानूं पता है कि क्यों नाम रखिआ है ते ओह फिर बेस्ट है, तुसीं ओह वी कमेंट दे विच दस सकदे आ। बेस्ट जिहड़ा कमेंट होएगा ओहनूं पिन कीता जाएगा, ਕੀਤਾ ਜਾਵੇਗਾ ਸਿੰਮੂ। ਹਾਂ ਬਸ ਸੂਈ ਪਿੰਡ 33 ਕਿਲੋਮੀਟਰ ਰਹਿ ਗਿਆ ਪਟਿਆਲਾ, ਤੇ ਹੁਣ ਜਾ ਕੇ ਨਾ ਪਟਿਆਲੇ ਜਾ ਕੇ ਵੀਡੀਓ ਬਣਾਉਂਦੇ ਹਾਂ। ਇਹ ਦੱਸ ਪਟਿਆਲੇ ਐਂਟਰੀ ਕਰ ਚੁੱਕੇ ਹਾਂ ਅਸੀਂ, ਤੇ ਐਂਟਰੀ ਕੀ ਮਤਲਬ ਪਟਿਆਲੇ ਦੇ ਵਿੱਚ ਗੁਰਦੁਆਰੇ ਦੇ ਲਾਗੇ ਹੀ ਆ ਗਏ ਆਪਾਂ, ਤੇ ਗੁਰਦੁਆਰਾ ਸਾਹਿਬ ਇਧਰੋਂ ਵੀ ਆਇਆ ਦੇਖੋ, ਤੇ ਇਸ ਸਾਈਡ ਤੋਂ ਵੀ ਗੁਰਦੁਆਰਾ ਸਾਹਿਬ ਤੋਂ ਐਂਟਰੀ ਹੋ ਜਾਂਦੀ ਆ, ਪਰ ਅਸੀਂ ਗੱਡੀ ਲਾਣੀ ਆ ਤੇ ਸਾਨੂੰ ਦੂਸਰੀ ਸਾਈਡ ਤੋਂ ਜਾਣਾ ਪੈਣਾ ਆ। ਗੁਰਦੁਆਰੇ ਗੁਰੂ ਕਾ ਲੰਗਰ, ਲੰਗਰ ਹਾਲ ਦੇ ਸਾਹਮਣੇ ਗੱਡੀ ਲਾਣਾ ਹੁੰਦਾ ਮੈਂ ਇੱਥੇ ਲਾ ਕੇ, ਵਿਹੜੇ ਦੇ ਵਿੱਚ ਡਿੱਗਿਆ ਘਰ ਵਾਲੀ ਨੂੰ ਆਖ ਰਿਹਾ ਹੈ।